ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। 75 ਗ੍ਰਾਮ ਹੈਰੋਨ ਅਤੇ 1,10,000 ਰੁਪਏ ਡਰੱਗ ਮਨੀ ਸਣੇ 2 ਕਾਬੂ। ਸਬ ਡਿਵੀਜ਼ਨ ਭਿੱਖੀਵਿੰਡ ਅਧੀਨ ਪੈਂਦੇ ਥਾਣਾ ਕੱਚਾ ਪੱਕਾ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਨਾਕਾਬੰਦੀ ਦੌਰਾਨ 2 ਨੌਜਵਾਨਾਂ ਨੂੰ 1,10,000 ਰੁਪਏ ਨਕਦ ਅਤੇ 75 ਗ੍ਰਾਮ ਹੈਰੋਨ ਸਮੇਤ ਕਾਬੂ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕੱਚਾ ਪੱਕਾ ਦੇ SHO ਝਿਰਮਲ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ASI ਕੁਲਵੰਤ ਸਿੰਘ ਨੇ ਪੱਟੀ ਰੋਡ ਕੱਚਾ ਪੱਕਾ ਸੂਏ ਵਾਲੇ ਪੁਲ ਤੇ ਨਾਕਾ ਲਾਇਆ ਹੋਇਆ ਸੀ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੱਟੀ ਵਾਲੀ ਸਾਈਡ ਤੋਂ ਚਿੱਟੇ ਰੰਗ ਦੀ I-20 ਕਾਰ ਆਉਂਦੀ ਦਿਖਾਈ ਦਿੱਤੀ, ਜਿਸ ਵਿੱਚ 2 ਨੌਜਵਾਨ ਸਵਾਰ ਸਨ। ਕਾਰ ਨੂੰ ਰੋਕ ਕੇ ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਕਾਰ ਦੇ ਡੈਸ਼ਬੋਰਡ ਵਿੱਚੋਂ 75 ਗ੍ਰਾਮ ਹੈਰੋਨ ਅਤੇ 1,10,000 ਰੁਪਏ ਡਰੱਗ ਮਨੀ ਬਰਾਮਦ ਹੋਈ। ਫੜੇ ਗਏ ਨੌਜਵਾਨਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਕਾਲੂ ਪੁੱਤਰ ਕਾਬਲ ਸਿੰਘ ਪਿੰਡ ਭਾਓਵਾਲ, ਵਿਸ਼ਾਲ ਪੁੱਤਰ ਦਿਲਬਾਗ ਸਿੰਘ ਪਿੰਡ ਸੀਤੋ ਵਜੋਂ ਹੋਈ ਹੈ, ਜਿਨ੍ਹਾਂ 'ਤੇ NDPC ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਤਾਂ ਪੁਲਿਸ ਪਾਰਟੀ ਨੇ ਨਾਕਾ ਲਾਇਆ ਸੀਗਾ ਪੁਲ ਨਹਿਰ ਦੇ ਉੱਤੇ ਕੱਚੇ ਪੱਕੇ ਤੋਂ ਕਰਕੋਲੇ ਰੋਡ ਦੇ ਉੱਤੇ। ਇਹ ਕਾਰ I-20 ਨੂੰ ਅਚਾਨਕ ਰੋਕਿਆ, ਰੋਕ ਕੇ ਉਹਨਾਂ ਦੀ ਕਾਗਜ਼ ਕੱਢਣ ਲਈ ਕਿਹਾ, ਕਾਗਜ਼ ਕੱਢਣ ਲੱਗਿਆ ਡੈਸ਼ਬੋਰਡ ਦੇ ਵਿੱਚੋਂ ਹੀਰੋਇਨ ਨਿਕਲ ਆਈ। ਹੀਰੋਇਨ ਬਰਾਮਦ ਹੋਈ ਦੇ ਵਿੱਚ 1,10,000 ਰੁਪਈਆ ਸੀ। ਉਹ ਪੁੱਛਿਆ ਤਾਂ ਉਹ ਵੀ ਉਹਦਾ ਇਹ ਡਰੱਗ ਮਨੀ ਕੋਈ ਇਹਦਾ ਹੋਰ ਠੋਸ ਨਹੀਂ ਦਿੰਦਾ, ਦੱਸਿਆ ਵੀ ਇਹਨੇ ਇਹ ਨਸ਼ੇ ਦੇ ਪੈਸੇ ਆ। ਇਹਦਾ ਨਾਂ ਹਰਪ੍ਰੀਤ ਸਿੰਘ ਉਰਫ ਹੈਪੀ ਉਰਫ ਕਾਲੂ ਆ, ਕਾਬਲ ਸਿੰਘ ਦਾ ਲੜਕਾ ਹੈ, ਭਾਓਵਾਲ ਦੇ ਅੱਧ ਰਹਿੰਦੇ ਪੱਟੀ ਆ। ਇਹਦੇ ਨਾਲ ਸੀ ਇੱਕ ਪਿਛਲੀ ਸੀਟ ਦੇ ਉੱਤੇ ਬੈਠਾ, ਉਹਨੇ ਉੱਤਰ ਕੇ ਆਪਣੀ ਜੇਬ ਦੇ ਵਿੱਚੋਂ ਮੋਮੀ ਲਿਫਾ ਕੇ ਸੁੱਟਣ ਲੱਗਿਆ। ਉਹਦੇ ਕੋਲ 7 ਗ੍ਰਾਮ ਹੀ ਰੋਨ ਬਰਾਮਦ ਹੋ ਗਿਆ। ਅਤੇ ਸਰ ਜਿਹੜੀ ਡੈਸ਼ਬੋਰਡ ਦੇ ਵਿੱਚ ਸਜ਼ਾ ਹੋਈ ਹੈ ਉਹ ਕਿੰਨੀ ਹੋਈ ਹੈ? 68 ਗ੍ਰਾਮ ਹੀ ਰੋਨ ਸੀ। ਅਤੇ ਸਰ ਇਹ ਪਹਿਲਾਂ ਵੀ ਕੋਈ ਇਹਨਾਂ ਦੇ ਕੇਸ ਦਰਜ ਨੇ ਜਾਂ? ਹਾਂ ਪਹਿਲਾਂ ਵੀ ਦਰਜ ਹੈਗੇ ਇਹਨਾਂ ਦੇ ਮੁਕਰ, ਪਹਿਲਾਂ ਵੀ ਦਰਜ ਨੇ। ਅਤੇ ਸਰ ਹੁਣ ਕੀ ਕਾਰਵਾਈ ਕੀਤੀ? ਹੁਣ ਤਾਂ ਮੁਕੱਦਮਾ ਨੰਬਰ 48 NDPR ਸੈਕਟ ਦੇ ਤਹਿਤ ਦਰਜ ਕਰਕੇ ਇਹਨਾਂ ਨੂੰ ਉਹਨੇ ਗ੍ਰਿਫਤਾਰ ਕੀਤਾ, ਅਦਾਲਤ 'ਚ ਪੇਸ਼ ਕਰਾਂਗੇ, ਰਿਮਾਂਡ ਲੈ ਕੇ ਅਗਲੀ ਇਨਵੈਸਟੀਗੇਸ਼ਨ ਜਾਰੀ ਹੈ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।